ਸਾਗ ਵਾਲੀ ਪਤੀਲੀ ਲਈ ਜਾਂਦਾ ਸੀਗਾ, ਰਾਤੀ ਬੁੱਢਾ ਸਾਗ ਵਾਲੀ ਪਤੀਲੀ ਲਈ ਜਾਂਦਾ ਸੀ। ਔਰ ਰਸਤੇ ਚ ਦਾਰੂ ਪੀਤੀ ਸੀਗਾ, ਪੀਤੀ ਸੀ, ਪੈਰ ਵੱਜਿਆ, ਪਤੀਲੀ ਦਾ ਢੱਕਣ ਨੀਚੇ ਗਿਰ ਗਿਆ, ਮਿੱਟੀ ਵਾਲਾ ਝਾੜ ਕੇ ਏਦਾਂ ਲਗਾਇਆ ਸਵੈਟਰ ਦੇ ਨਾਲ, ਉਦਾਂ ਹੀ ਫੇਰ ਰੱਖ ਲਿਆ ਤੇ ਬਾਂਗਰੂ ਦੇ ਘਰ ਲੈ ਗਿਆ ਪਤੀਲੀ, ਤੇ ਬਾਂਗਰੂ ਨੇ ਏਦਾਂ ਹੀ ਸਾਗ ਸਕਤਾ। ਹੋਰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅਤੇ ਅੱਜ ਅਸੀਂ ਬਣਾਵਾਂਗੇ ਕਾਲੇ ਚਣਿਆਂ ਦੀ ਖੀਰ। ਅਤੇ ਕਾਲੇ ਚਣਿਆਂ ਨੂੰ ਅਸੀਂ ਭਿਉਂ ਕੇ ਰੱਖਤਾ ਸੀ, ਅਤੇ ਇਸ ਦੇ ਵਿੱਚ ਆਪਾਂ ਨੇ ਕੁਝ ਡਰਾਈ ਫਰੂਟ ਵੀ ਲਾਉਣੇ ਨੇ। ਇਹ ਕਾਲੇ ਚਣਿਆਂ ਨੂੰ ਪੂਰਾ ਇੱਕ ਦਿਨ ਭਿਉਂ ਕੇ ਰੱਖਿਆ, ਅਤੇ ਇਸ ਦੇ ਵਿੱਚ ਆਪਾਂ ਨੇ ਮਿਲਾਉਣੇ ਨੇ ਕੁਝ ਬਦਾਮ, ਕਾਜੂ ਅਤੇ ਸੌਗੀ। ਇਹ ਕੋਈ ਨਾਪ ਤੋਲ ਨਹੀਂ ਹੈ, ਆਪਣੀ ਮਰਜ਼ੀ ਦੇ ਨਾਲ ਆਪਾਂ ਜਿੰਨੀ ਆਪਾਂ ਨੂੰ ਜ਼ਰੂਰਤ ਹੈ ਆਪਾਂ ਮਿਲਾ ਸਕਦੇ ਹਾਂ। ਅਤੇ ਚਣਿਆਂ ਦਾ ਵੀ ਕੋਈ ਆਪਾਂ ਨੇ ਵੇਟ ਨਹੀਂ ਕਰਿਆ, ਜਿੰਨਾ ਆਪਾਂ ਖਾਣਾ ਚਾਹੁੰਦੇ ਆਪਾਂ ਉਨੀ ਬਣਾ ਸਕਦੇ ਹਾਂ। ਅਤੇ ਇਸ ਦੇ ਵਿੱਚ ਸ਼ੱਕਰ ਵੀ ਮਿਲਾ ਸਕਦੇ ਹਾਂ, ਅਤੇ ਆਪਾਂ ਇਹਦੇ ਅੰਦਰ ਚੀਨੀ ਵੀ ਮਿਲਾ ਸਕਦੇ ਹਾਂ। ਅਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਹਿਲਾਂ ਉਬਾਲਣਾ ਹੈ। ਜਦੋਂ ਬਿਲਕੁਲ ਸੌਫਟ ਹੋ ਜਾਣਗੇ, ਇਹ ਟੁੱਟਣਾ ਸ਼ੁਰੂ ਹੋ ਜਾਣਗੇ, ਅਤੇ ਉਸ ਟਾਈਮ ਆਪਾਂ ਇਹਨਾਂ ਦੇ ਅੰਦਰ ਆਪਾਂ ਦੁੱਧ ਮਿਲਾਵਾਂਗੇ। ਅਤੇ ਆਪਾਂ ਆਪਣੀ ਇੱਕ ਗਲਾਸ ਪਾਣੀ ਦਾ ਮਿਲਾ ਲੈਣਾ ਹੈ ਕਾਲੇ ਚਣਿਆਂ ਨੂੰ, ਪਾ ਦੇਣਾ ਹੈ, ਅਤੇ ਇਸ ਨੂੰ ਆਪਾਂ ਨੇ ਢੱਕ ਕੇ ਰੱਖ ਦੇਣਾ। ਅਗਰ ਆਪਾਂ ਇਸ ਨੂੰ ਲੰਬੇ ਸਮੇਂ ਤੱਕ ਪਕਾਵਾਂਗੇ ਤਾਂ ਹੀ ਇਸ ਦਾ ਫਾਇਦਾ ਹੋਏਗਾ। ਇਹ ਚਣੇ ਨੇ ਜੋ ਹੁਣ ਟੁੱਟਣੇ ਸ਼ੁਰੂ ਹੋ ਗਏ ਨੇ, ਚੰਗੀ ਤਰ੍ਹਾਂ ਉਬਾਲ ਲਿਆ ਹੈ ਆਪਾਂ ਇਸ ਨੂੰ। ਚਣੇ ਨੇ ਜੋ ਨਰਮ ਹੋ ਗਏ ਨੇ ਅਤੇ ਇਹਨਾਂ ਨੂੰ ਥੋੜ੍ਹਾ ਕੁੱਟਣਾ ਪੈਣਾ। ਕੁੱਟਣ ਤੋਂ ਬਾਅਦ ਹੀ ਆਪਾਂ ਇਹਦੇ ਵਿੱਚ ਜੋ ਦੁੱਧ ਮਿਲਾਉਣਾ ਹੈ, ਚਣਿਆਂ ਨੂੰ ਆਪਾਂ ਨੇ ਕੁੱਟ ਲਿਆ ਹੈ ਅਤੇ ਆਪਾਂ ਹੁਣ ਇਸਦੇ ਅੰਦਰ ਦੁੱਧ ਐਡ ਕਰ ਦਿੰਦੇ ਹਾਂ। ਅਤੇ ਜੋ ਡਰਾਈ ਫਰੂਟ ਆ ਉਹ ਆਪਣੀ ਮਰਜ਼ੀ ਆਪਾਂ ਨੇ ਪਾਉਣਾ ਜਾਂ ਨਹੀਂ ਪਾਉਣਾ, ਪਰ ਇਹ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਜੋ ਚਣਿਆਂ ਦੀ ਖੀਰ ਹੈ ਇਸਦੀ ਜੋ ਤਾਕਤ ਹੈ ਉਹ ਡਬਲ ਹੋ ਜਾਏਗੀ। ਇਹ ਹੁਣ ਮਿਲਾ ਦੇਣੀ ਹੈ ਚੀਨੀ, ਚਣਿਆਂ ਦੀ ਖੀਰ ਦੇ ਬਹੁਤ ਫਾਇਦੇ ਨੇ ਅਤੇ ਕਮਜ਼ੋਰੀ ਵਾਸਤੇ ਬਹੁਤ ਫਾਇਦੇਮੰਦ ਹੈ ਅਤੇ ਸਿਹਤ ਨੂੰ ਬਹੁਤ ਜ਼ਿਆਦਾ ਪ੍ਰਫੁੱਲਿਤ ਬਣਾਉਂਦਾ ਹੈ, ਪਾਚਣ ਕਿਰਿਆ ਨੂੰ ਬਹੁਤ ਵਧੀਆ ਬਣਾਉਂਦਾ ਹੈ ਅਤੇ ਆਇਰਨ ਦੀ ਜੋ ਮਾਤਰਾ ਇਹਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ, ਜੋ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ ਹੁੰਦੀ ਹੈ ਬਹੁਤ ਜ਼ਿਆਦਾ ਤੇਜ਼ ਬਹੁਤ ਵਧਾਉਂਦਾ ਹੈ। ਅਤੇ ਵੱਧ ਤੋਂ ਵੱਧ ਜਿੱਦਾਂ ਕਸਰਤ ਕਰਦੇ ਹਾਂ, ਕਸਰਤ ਕਰਨ ਤੋਂ ਬਾਅਦ ਇਹ ਚੀਜ਼ ਦੀ ਜ਼ਰੂਰਤ ਹੈ। ਜ਼ਿਆਦਾ ਕਰਕੇ ਜੋ ਜ਼ਿਆਦਾ ਦੌੜ ਲਗਾਉਂਦੇ ਨੇ ਜਾਂ ਫਿਰ ਵੇਟ ਦਾ ਜਿੰਮ ਕਰਦੇ ਨੇ ਅਤੇ ਉਹਦੇ ਵਾਸਤੇ ਬਹੁਤ ਹੀ ਲਾਭਦਾਇਕ ਹੈ। ਲੰਬੇ ਸਮੇਂ ਤੱਕ
तक उबालना है आपां इस नूं। जो आपने दुध मिलाया है इसको अपने चंगी तरह चला देना है। इस तरह तो जो खीर गाढ़ी हो जाएगी फिर आपने गैस बंद कर देना है। फिर समझो भी अपनी खीर तैयार हो गई है। तो इस विच मेहनत बहुत लगती है। चाहो तो तुम इस स्टोर कर सकते हो, बना के इकट्ठा फ्रिज के रख लो, जो जरूरत है गर्म करके आप खा सकते हैं, क्योंकि इसनों उबालना तो बनाना बहुत ज़्यादा टाइम लगता है। एक घंटा तो इसनों बनाने में लग जाता है। चने ने गलना भी है, इसनों कुटना है, तो ये बहुत जरूरी है। जिस चीज़ में मेहनत ज़्यादा लगती है तो वह चीज़ ही अपन सब तो ज़्यादा फायदा देती है। लो जी, ताकत का खजाना बन के तैयार हो चुका काले चनिया की खीर। एक बारी बना के जरूर देखो, ट्राई जरूर करो, तो फिर देखो याद करोगे दोस्तों। बहुत ही ताकतवर चीज़ है। हाँ जी दोस्तों, हुण लगियां वीडियो एंड करना, तो कमेंट करके जरूर दसना तुहानू किद्दां दी लगी साड़ी काले चनिया की खीर। चलो जी, वीडियो करते एंड। सत श्री अकाल, जय हिंद।